ਪੰਜਾਬੀ ਜਿੰਦਾਬਾਦ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮੇਰੇ ਪੰਜਾਬੀ ਭਰਾਵਾਂ ਦਾ ਭੈਣਾਂ ਦਾ ਜਿੱਥੇ ਜਿੱਥੇ ਵੀ ਤੁਸੀਂ ਵਸਦੇ ਹੋ ਜਾਉਂਦੇ ਵਸਦੇ ਰਹੋ ਭਰਾਵੋ ਤੁਸੀਂ ਇੱਕ ਲਹਿਰ ਬਣਾਈ ਸੀ ਜਿਸ ਤਰੀਕੇ ਨਾਲ ਅੱਜ ਫੜਿਆ ਗਿਆ ਸੀਗਾ 250-300 ਮੁਲਾਜ਼ਮ ਲਿਆ ਕੇ ਚੱਕ ਕੇ ਲੈ ਗਏ ਉਸ ਦਾ ਪਤਾ ਨਹੀਂ ਕਿੰਨੇ ਕੁ ਪੁਰਾਣਿਆਂ ਪਰਚਿਆਂ ਜਾਂ ਨਵਿਆਂ ਚ ਲਜਾ ਦਿੰਦੇ ਪਰ ਤੁਸੀਂ ਇੱਕ ਲਹਿਰ ਚਲਾਈ ਸੋਸ਼ਲ ਮੀਡੀਆ ਦੇ ਉੱਤੇ ਉਹ ਲਹਿਰ ਦੀ ਬਦੌਲਤ ਅੱਜ ਸਾਰੇ ਅਸੀਂ ਉਹ ਸਾਰੇ ਭਰਾ ਬੈਠੇ ਹਾਂ ਇਹ ਸਾਰੇ ਮੇਰੇ ਨਾਲ ਚੱਕੇ ਗਏ ਸੀਗੇ ਚੱਕ ਕੇ ਲੈ ਗਏ ਸਾਰਿਆਂ ਨੂੰ ਉੱਥੋਂ ਹੁਣੀ 57 ਦਾ ਪਚਲਕਾ ਭਰ ਕੇ ਹੁਣੀ ਸਾਨੂੰ ਛੱਡਿਆ ਗਿਆ ਬੜਾ ਪਿੱਛਾ ਦਾ ਤੇ ਹੁਣੇ ਆਏ ਹਾਂ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਲੱਗੇ ਹਾਂ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਂ ਬੋਲੀ ਲਈ ਆਪਾਂ ਲੜ ਰਹੇ ਹਾਂ ਜਿਵੇਂ ਤੁਸੀਂ ਅੱਜ ਲਹਿਰ ਬਣਾਈ ਸੋਸ਼ਲ ਮੀਡੀਆ ਤੇ ਲਹਿਰ ਬਣਾਈ ਸਰਕਾਰ ਨੂੰ ਲਾਹਨਤਾਂ ਪਾਈਆਂ ਸਰਕਾਰ ਨੂੰ ਗੋਡਿਆਂ ਭਾਰ ਕੀਤਾ ਇਹ ਲਹਿਰ ਸੋਸ਼ਲ ਮੀਡੀਆ ਤੇ ਨਹੀਂ ਇਹ ਲਹਿਰ ਇਹਨਾਂ ਸਕੂਲਾਂ ਮੂਹਰੇ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵਿਚਾਰਧਾਰਾ ਦੇ ਸਕੂਲ ਨੇ ਚਾਹੇ ਉਹ ਸਰਵਹਿਤਕਾਰੀ ਸਕੂਲ ਹੈ ਚਾਹੇ ਕੋਈ ਸੈਂਟ ਜੇਵੀਅਰ ਹੈ ਸੈਂਟ ਜੋਸਫ ਆ ਸੈਂਟ ਪੌਲ ਹੈ ਦਿੱਲੀ ਪਬਲਿਕ ਸਕੂਲ ਹੈ ਜੋ ਵੀ ਸਕੂਲ ਹੈਗੇ ਆ ਪੰਜਾਬ ਦੇ ਅੰਦਰ ਹਜ਼ਾਰਾਂ ਸਕੂਲ ਨੇ ਇਹ ਤੁਹਾਡੀ ਲਹਿਰ ਉਹਨਾਂ ਸਕੂਲਾਂ ਮੂਹਰੇ ਚਾਹੀਦੀ ਹੈ ਪੰਜਾਬੀ ਤੁਹਾਡੇ ਕੋਲ ਗੁਜ਼ਾਰਸ਼ ਕਰਦਾ ਮੈਂ ਹੱਥ ਬੰਨ ਕੇ ਵਾਰ ਵਾਰ ਤੁਹਾਨੂੰ ਬੇਨਤੀ ਕਰਦਾ ਕਿ ਅਸੀਂ ਤਾਂ ਆਪਣੀ ਮਾਂ ਲਈ ਲੜ ਰਹੇ ਹਾਂ ਯਾਰ ਉਹ ਜਿਹੜੀ ਮਾਂ ਵਿਚਾਰੀ ਜਿਹੜੀ ਮਾਂ ਨੇ ਸਾਨੂੰ ਮੈਂ ਸਮਝਦਾ ਜਿਹੜੀ ਮਾਂ ਨੇ ਮੈਨੂੰ ਪਛਾਣ ਦਿੱਤੀ ਜਨਮ ਦੇਣ ਵਾਲੀ ਨੇ ਮੈਨੂੰ ਜਨਮ ਦਿੱਤਾ ਜਿਹੜੀ ਮਾਂ ਨੇ ਮੈਨੂੰ ਬੋਲਣਾ ਸਿਖਾਇਆ ਜਿਹੜੀ ਮਾਂ ਨੇ ਦੁਨੀਆ 'ਚ ਪਛਾਣ ਬਣਾਈ ਕਿ ਮੈਂ ਪੰਜਾਬੀ ਹਾਂ ਜਿਹੜੀ ਮਾਂ ਦੇ ਵਿੱਚ ਜਦੋਂ ਮੈਂ ਗੱਲ ਕਰਦਾ ਨਾ ਤਾਂ ਦੁਨੀਆ ਕੰਬਦੀ ਹੈ ਦੁਨੀਆ ਖੜ ਕੇ ਸੁਣਦੀ ਹੈ ਵੀ ਕੋਈ ਪੰਜਾਬੀ ਬੋਲ ਰਿਹਾ ਤੇ ਉਹ ਮਾਂ ਮੇਰੀ ਆਖਰੀ ਸਾਹ ਤੇ ਜਦੋਂ ਤਿਲਕਦੀ ਆ ਨਾ ਕਲਪਦੀ ਆਵਾਜ਼ਾਂ ਮਾਰਦੀ ਆ ਕਿ ਪੁੱਤਰਾ ਮੈਂ ਤੈਨੂੰ ਕੀ ਨਹੀਂ ਦਿੱਤਾ ਕੀ ਤੈਥੋਂ ਲੁਕੋ ਕੇ ਰੱਖਿਆ ਕੀ ਤੈਥੋਂ ਮੈਂ ਪਾਸਾ ਵੱਟਿਆ ਤੂੰ ਬੇਮੁੱਖ ਹੋ ਗਿਆ ਮੈਥੋਂ ਤੂੰ ਮੁੱਖ ਮੋੜ ਲਿਆ ਮੈਥੋਂ ਬਸ ਉਹ ਮਾਂ ਦਾ ਦਰਦ ਆ ਭਰਾਵੋ ਜਿਹੜਾ ਲਈ ਮੈਂ ਭਾਵਕ ਹੋਇਆ ਅੱਜ ਕਿਉਂ ਹੋਇਆ ਕਿਉਂਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਦਾ ਵਾਅਦਾ ਰਿਹਾ ਉਹ ਜਾਣ ਕੇ ਕਹਿਣਾ ਧਰਤੀ ਮਾਂ ਦੇ ਉੱਤੇ ਬੈਠ ਕੇ ਗੱਲ ਕਰ ਰਿਹਾ ਅਤੇ ਆਪਣੀ ਮਾਂ ਬੋਲੀ 'ਚ ਗੱਲ ਕਰ ਰਿਹਾ ਕਿ ਇਸ ਮਾਂ ਦੀ ਖਾਤਰ ਜਿੱਦੇ ਜਾਨ ਵੀ ਨਿਛਾਵਰ ਕਰਨੀ ਪਈ ਨਾ ਪਿੱਛੇ ਨਹੀਂ ਹਟੂੰਗਾ ਵਾਅਦਾ ਸੋਚਣਾ ਪਰ ਮੇਰਾ ਵੀਰ ਮੈਨੂੰ ਐਂ ਦੱਸ ਦਿਓ ਕਿ ਬੰਦੇ ਇਨਸਾਨ ਕੋਲ ਇੱਕ ਜਾਨ ਹੀ ਹੁੰਦੀ ਆ ਉਹ ਜਾਨ ਜਿਹੜੀ ਉਹ ਮੈਂ ਤੁਹਾਡੇ ਕਦਮਾਂ 'ਚ ਰੱਖਤੀ ਪੰਜਾਬੀ ਇਸ ਮਾਂ ਬੋਲੀ ਲਈ ਨਿਸ਼ਾਵਰ ਆ ਇਸ ਧਰਤੀ ਪੰਜਾਬ ਲਈ ਨਿਸ਼ਾਵਰ ਆ ਮੈਂ ਇਹ ਤੋਂ ਇਲਾਵਾ ਹੋਰ ਕੀ ਕਰਾਂ ਕਿ ਤੁਸੀਂ ਮੇਰੇ ਆਖੇ ਲੱਗ ਪਏ ਯਾਰ ਮੇਰੀ ਗੱਲ ਮੰਨ ਲਓ ਕਿਉਂ ਇੰਨੇ ਅਸੀਂ ਆਪਣੀ ਮਾਂ ਤੋਂ ਬੇਮੁੱਖ ਹੋ ਕਿਉਂ ਅਸੀਂ ਆਪਣਾ ਪਾਸਾ ਵੱਟ ਲਿਆ ਮੂੰਹ ਮੋੜ ਲਿਆ ਯਾਰ ਇਹਦਾ ਜ਼ਿੰਮੇਵਾਰ ਕੌਣ ਆ ਇਹ ਸਕੂਲ ਜ਼ਿੰਮੇਵਾਰ ਨਹੀਂ ਆ ਸਕੂਲ ਜ਼ਿੰਮੇਵਾਰ ਨਹੀਂ ਆ ਜੇ ਪਤਾ ਹੋਵੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਪਤਾ ਹੋਵੇ ਸਕੂਲਾਂ ਨੂੰ ਵੀ ਇੱਥੇ ਆ ਕੇ ਸਾਡੇ ਨਾਲ ਲੋਕ ਕੁੱਤੇ ਖਾਣੀ ਕਰਨਗੇ ਸਾਡੇ ਨਾਲ ਲੋਕ ਇੱਥੇ ਛਿੱਤਰ ਮਾਰਨਗੇ ਸਾਡੇ ਆ ਕੇ ਇਹ ਕਦੇ ਵੀ ਪੰਜਾਬੀਓ ਸਾਡੀ ਮਾਂ ਬੋਲੀ ਨਾਲ ਇਹ ਧੋਖਾ ਨਹੀਂ ਕਰ ਸਕਦੇ ਫਰੇਬ ਨਹੀਂ ਕਰ ਸਕਦੇ ਸਾਡੀ ਮਾਂ ਬੋਲੀ ਨਾਲ ਇਹ ਜੋ ਧੋਖ ਮਾਰ ਰਹੇ ਹੈ ਜੋ ਨਿਰਾਦਰ ਕਰ ਰਹੇ ਉਹ ਨਹੀਂ ਕਰ ਸਕਦੇ ਇਹ ਸਾਡਾ ਫਰਜ਼ ਹੈ ਉਹ ਪੰਜਾਬੀ ਉਹ ਜੇ ਬੋਲੀ ਮਰ ਗਈ ਉਹ ਮੈਂ ਕਿੰਨੇ ਚਿਰ ਦਾ ਕਹਿਣਾ ਆਉਣਾ ਓਏ ਤੁਹਾਡੇ ਕਿੱਸੇ ਕਹਾਣੀਆਂ ਗੀਤ ਕਵਿਤਾਵਾਂ ਤੁਹਾਡਾ ਇਤਿਹਾਸ ਉਹ ਸਾਰਾ ਕੁਛ ਦੁਨੀਆ ਤੋਂ ਮਿਟ ਜਾਣਾ ਉਹ ਤਬਾਹ ਹੋ ਜਾਣਾ ਓਏ ਦੁਨੀਆ ਦੀ ਤੁਹਾਡੇ ਕੋਲ ਨਾ ਦੁਨੀਆ ਦੀ ਹਰ ਸ਼ੈ ਪ੍ਰਾਪਤ ਕਰ ਲਓਗੇ ਧਨ ਦੌਲਤਾਂ ਸ਼ੌਹਰਤਾਂ ਰੁਤਬੇ ਮਾਣ ਸਨਮਾਨ ਬੋਲੀ ਗਮਾਚ ਗਈ ਨਾ ਬੋਲੀ ਮਰ ਗਈ ਦੁਨੀਆ ਦੀ ਦੌਲਤ ਇਕੱਠੀ ਕਰ ਲਿਓ ਪੈਰਾਂ 'ਚ ਕਿਸੇ ਦੇ ਵਿਛਾ ਦਿਓ ਉਹ ਨਹੀਂ ਹਾਸਲ ਹੋਣੀ ਉਹ ਨਹੀਂ ਹਾਸਲ ਹੋਣੀ ਉਹ ਦੁਸ਼ਮਣ ਬੜੇ ਡੂੰਘੇ ਤਰੀਕੇ ਨਾਲ ਬਹਿਰੀ ਗਹਿਰੀ ਸਾਜਿਸ਼ ਦੇ ਨਾਲ ਤੁਹਾਡੀ ਬੋਲੀ ਨੂੰ ਮਾਰ ਰਿਹਾ ਸੋ ਮੈਂ ਭਰਾਵੋ ਤੁਹਾਡੇ ਕੋਲ ਇਹ ਅਪੀਲ ਕਰਦਾ ਹੱਥ ਬੰਨ ਕੇ ਮੇਰਾ ਵੀਰ ਵਾਰ ਵਾਰ ਤੁਹਾਨੂੰ ਬੇਨਤੀਆਂ ਕਰਦਾ ਵੀ ਜਿੱਥੇ
ਜਿਹੜਾ ਮਰਜ਼ੀ ਸਕੂਲ ਘੇਰਨਾ ਪਿਆ ਘੇਰੂ 57 ਦਾ ਪਰਚਾ ਕਰਕੇ ਛੱਡਿਆ ਭਾਵੇਂ ਕੋਈ ਹੋਰ ਪਾ ਦੇਣਾ ਭਾਵੇਂ 4 ਮਹੀਨੇ ਭਾਵੇਂ 6 ਮਹੀਨੇ ਭਾਵੇਂ ਸਾਲ ਭਾਵੇਂ 5 ਸਾਲ ਯਾਰ ਭਾਵੇਂ ਮੈਂ ਕਹਿੰਦਾ ਗੋਲੀ ਮਾਰ ਦੇਣਾ ਇੱਕ ਦਿਨ ਯਾਰ ਪਰ ਮੈਂ ਅਖੀਰਲੇ ਸਾਹ ਤੱਕ ਆਪਣੀ ਮਾਂ ਬੋਲੀ ਲੜੂੰਗਾ ਪਰ ਮੇਰਾ ਵੀਰ ਮੇਰਾ ਸਾਥ ਦੇ ਦਿਓ ਹਰ ਬੰਦਾ ਸਹੁੰ ਖਾਓ ਅੱਜ ਉਹ ਪਰਮਾਤਮਾ ਦੀ ਰੱਬ ਦੀ ਵਾਹਿਗੁਰੂ ਦੀ ਖਾਓ ਆਪਣੀ ਮਾਂ ਬੋਲੀ ਦੀ ਸਹੁੰ ਕਿ ਅਸੀਂ ਆਪਣੇ ਜਵਾਕਾਂ ਮਗਰ ਸਕੂਲਾਂ ਜਾ ਕੇ ਪਤਾ ਕਰਾਂਗੇ ਪੁੱਛਾਂਗੇ ਵੀ ਸਾਡੇ ਜਵਾਕਾਂ ਨੂੰ ਏਕਾਦੂਆ ਕਿਉਂ ਨਹੀਂ ਆਉਂਦਾ ਪਹਾੜੇ ਕਿਉਂ ਨਹੀਂ ਆਉਂਦੇ ਸਾਡੇ ਜਵਾਕਾਂ ਨੂੰ 10ਵੀਂ 'ਚ ਪੜ੍ਹਦਿਆਂ ਨੂੰ 8ਵੀਂ 'ਚ 9ਵੀਂ 'ਚ ਪੜ੍ਹਦਿਆਂ ਨੂੰ ਪਿੰਡਾਂ ਦੇ ਨਾਂ ਕਿਉਂ ਨਹੀਂ ਪੰਜਾਬੀ 'ਚ ਲਿਖਣੇ ਆਉਂਦੇ ਕਿਉਂ ਉਹ ਜਿਹੜੀ ਬੋਲੀ ਬਾਬੇ ਨਾਨਕ ਦੀ ਹੈ ਜਿਹੜੀ ਬੋਲੀ ਬਾਬੇ ਫਰੀਦ ਦੀ ਹੈ ਜਿਹੜੀ ਬੋਲੀ ਬੁੱਲੇ ਬਾਹੂ ਸੁਲਤਾਨ ਦੀ ਹੈ ਕਿੱਡੇ ਕਿੱਡੇ ਸ਼ਾਇਰ ਕਿੱਡੇ ਕਿੱਡੇ ਕਵੀ ਕਿੰਨੇ ਮਹਾਨ ਗੁਰੂ ਇਸ ਬੋਲੀ 'ਚ ਪੈਦਾ ਹੋਏ ਸਾਨੂੰ ਕੋਈ ਲੱਗਦਾ ਹੀ ਨਹੀਂ ਸਾਨੂੰ ਕੋਈ ਲੱਗਦਾ ਵੀ ਯਾਰ ਬੋਲੀ ਵੀ ਕੋਈ ਚੀਜ਼ ਆ ਬੋਲੀ ਵੀ ਕਿਵੇਂ ਮਰ ਜਾਂਦੀ ਹੁੰਦੀ ਹੈ ਦੁਨੀਆਂ 'ਚ ਹਜ਼ਾਰਾਂ ਲੱਖਾਂ ਬੋਲੀਆਂ ਅਲੋਪ ਹੋ ਗਈਆਂ ਮਰ ਗਈਆਂ ਪੰਜਾਬੀ ਵੀ ਕਗਾਰ 'ਤੇ ਖੜੀ ਹੈ ਪੰਜਾਬੀ ਵੀ ਮਰਨ ਵਾਲੇ ਥਾਂ 'ਤੇ ਖੜੀ ਹੈ ਦੁੱਖ ਦੀ ਗੱਲ ਹੈ 1400 ਜਵਾਕ ਪੜ੍ਹਦਾ ਸਕੂਲ 'ਚ ਅਤੇ ਉੱਥੇ ਵਿਚਾਰੇ ਕਿੰਨੇ ਕੁ ਆਏ ਹੋਣੇ ਮਾਪੇ ਹੱਦ 100 ਕੁ ਆਇਆ ਹੋਣਾ 70-80 ਜਵਾਕ ਆਏ ਹੈ ਧੰਨਵਾਦ ਉਹਨਾਂ ਮਾਵਾਂ ਦਾ ਜਿਹੜੀਆਂ ਅੱਜ ਮੇਰੀਆਂ ਭੈਣਾਂ ਉੱਥੇ ਆਈਆਂ ਉਹਨਾਂ ਪਿਓਆਂ ਦਾ ਕਹੀਦਾ ਵਿਚਾਰੇ ਆਹ ਦੇਖ ਆਹ ਬੈਠਾ ਬਾਈ ਆਹ ਬੰਦਾ ਮਾੜੀ ਪਿੰਡ ਆ ਇਹਦਾ ਮਾੜੀ ਭੈਣੀ ਪਿੰਡ ਆ ਇਹ ਬੰਦੇ ਦਾ ਇਹਦੇ 3 ਬੱਚੇ ਉਹ ਸਕੂਲ 'ਚ ਪੜ੍ਹਦੇ ਆ ਇਹਨੂੰ ਵੀ ਨਾਲ ਮੇਰੇ ਫੜਿਆ ਅੱਜ ਇਹ ਮੈਨੂੰ ਕਹਿੰਦਾ ਮੈਂ ਉੱਥੇ ਕਹਿੰਦਾ ਵੀ ਚਲੋ ਲੱਖਿਆਂ ਵਾਲੇ ਪਤਾ ਨਹੀਂ ਕੀ ਕਰਨਾ ਬਾਕੀਆਂ ਨੂੰ ਅਸੀਂ ਮਚਲ ਕੇ ਭਰ ਕੇ ਛੱਡ ਦਿੰਦੇ ਹਾਂ ਮੈਂ ਇਹਨੂੰ ਕਿਹਾ ਮਾਂ ਬਾਈ ਕੋਈ ਕੰਮ ਕਾਰ ਹੈ ਕੰਮ ਕੀ ਕਰਦਾ ਬਾਈ ਫੈਕਟਰੀ 'ਚ ਲੱਗਿਆ ਬਾਈ ਇਲੈਕਟ੍ਰੀਸ਼ਨ ਦਾ ਕੰਮ ਹੈ ਬਾਈ ਮੈਂ ਇਹਨੂੰ ਕਿਹਾ ਮਾਂ ਬਾਈ ਵਗ ਜਾ ਕਹਿੰਦਾ ਬਾਈ ਨਾ ਤੇਰੇ ਨਾਲ ਜਾਊਂਗਾ ਆਹ ਸਾਰੇ ਆਹ ਖੜੇ ਉਹ ਸਾਰੇ ਤਿੰਨ ਕੁੜੀਆਂ ਬਾਈ ਉਹ ਮੇਰੇ ਪਿੰਡ ਵਾਲਾ ਬਾਬੂ ਉਹ ਬੈਠਾ ਜਿਹਦਾ ਕੋਈ ਲੈਣ ਨਹੀਂ ਦੇਣ ਨਹੀਂ ਯਾਰ ਮਾਂ ਵਿਚਾਰੇ ਦੀ ਪਿੱਛੇ ਮਰੀ ਆ ਉਹ ਦਿਮਾਗੀ ਅਪਸੈਟ ਹੋਇਆ ਫਿਰਦਾ ਉਹ ਬੰਦਾ ਆਹ ਸਾਰੇ ਬੈਠੇ ਆ ਬੱਚੇ ਆਹ ਬਜ਼ੁਰਗ ਆ ਬਾਪੂ ਬੈਠਾ ਆਹ ਸਾਰੇ ਮੇਰੇ ਸਾਥੀ ਉਹਦਾ ਸਾਰਾ ਪਰਿਵਾਰ ਕੈਨੇਡਾ ਬਾਪੂ ਦਾ ਬਾਈ ਇਕੱਲਾ ਹੀ ਹੈ ਉਹਦੇ 1.5 ਲੱਖ ਹੀ ਹੈ ਜੋ ਮੈਂ ਕਿ ਗਿਆ ਆ ਹਾਂ ਜਮਾ ਡੋਲਿਆ ਨਹੀਂ ਸਾਰਾ ਦਿਨ ਸੋ ਇਹ ਵੀ ਬੰਦੇ ਨਹੀਂ ਇਨਸਾਨ ਨੇ ਯਾਰ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਬਾਈ ਕੋਈ ਗੱਲ ਨਹੀਂ ਤੇਰੀ ਗਰਫਦਾਰੀ ਪਾਉਂਦੇ ਆ ਤੈਨੂੰ 6 ਮਹੀਨੇ ਰੱਖਣ ਸਾਰ ਰੱਖਣ 10 ਪਰਚੇ ਪਾਉਣ ਤੇਰੇ ਨਾਲ ਜਾਵਾਂਗੇ ਨਾਲ ਧੱਕੇ ਨਾਲ ਉਹ ਚੜ੍ਹ ਕੇ ਆਏ ਆ ਬੱਸ 'ਚ ਧੱਕੇ ਨਾਲ ਉੱਥੇ ਪਾਸੇ ਪਾਸੇ ਹੀ ਹੋ ਸਕਦੇ ਸੀ ਪਰ ਨਹੀਂ ਇਹ ਨਾਲ ਜਾਵਾਂਗੇ ਸੋ ਇਹਨਾਂ ਦੀ ਵੀ ਮਾਂ ਯਾਰ ਤੁਹਾਡੀ ਵੀ ਮਾਂ ਆ ਤੇ ਮਾਵਾਂ ਦਾ ਕਰਜ਼ਾ ਆਪਾਂ ਕਿਵੇਂ ਮੋੜਦੇ ਸੋ ਬਾਈ ਮੈਂ ਇੱਕ ਹੋਰ ਬੇਨਤੀ ਕਰਦਾ ਜਿੰਨੇ ਵੀ ਮੇਰੇ ਕੋਈ ਪੰਜਾਬ ਦੇ ਬੁੱਧੀਜੀਵੀ ਲੋਕ ਨੇ ਵਿਦਵਾਨ ਲੋਕ ਨੇ ਮੈਂ ਕਦੇ ਦਾਅਵਾ ਨਹੀਂ ਕੀਤਾ ਕਿ ਮੈਂ ਕੋਈ ਪੰਜਾਬੀ ਦਾ ਵਿਦਵਾਨ ਹਾਂ ਮੈਂ ਕੋਈ ਪੰਜਾਬੀ ਦਾ ਕਵੀ ਹਾਂ ਮੈਂ ਲਿਖਾਰੀ ਮੈਂ ਤਾਂ ਪੰਜਾਬੀ ਮਾਂ ਬੋਲੀ ਦਾ ਇੱਕ ਪੋਤਾ ਨਵਾਣਾ ਜਾ ਇੱਕ ਪੁੱਤ ਹੋਣ ਦਾ ਆਪਣੀ ਮਾਂ ਪ੍ਰਤੀ ਆਪਣਾ ਫਰਜ਼ ਨਿਭਾ ਰਿਹਾ ਮੈਂ ਹੋਰ ਕੁਛ ਨਹੀਂ ਹੈਗਾ ਮੈਂ ਕੋਈ ਦਾਅਵਾ ਨਹੀਂ ਕਦੇ ਕੀਤਾ ਕਿ ਮੈਂ ਤਾਂ ਕਈ ਵਿਚਾਰੇ ਵਿਦਵਾਨਾਂ ਨੂੰ ਲੱਗਦਾ ਕਿ ਲੱਖਾ ਪਤਾ ਨਹੀਂ ਪੰਜਾਬੀ ਮਾਂ ਬੋਲੀ 'ਤੇ ਆਪਣਾ ਦਾਅਵਾ ਕਰ ਰਿਹਾ ਨਹੀਂ ਮੈਂ ਵਿਦਵਾਨੋ ਤੁਹਾਨੂੰ ਵੀ ਕਹਿਣਾ ਚਾਹੁੰਦਾ ਤੁਹਾਡੇ ਮੇਰੇ ਨਾਲ ਲੱਖ ਨਿੱਜੀ ਵਿਰੋਧ ਹੋ ਸਕਦੇ ਆ ਕੋਈ ਮੇਰੀ ਵਿਚਾਰਧਾਰਾ ਨਾਲ ਤੁਹਾਡੇ ਵਿਰੋਧ ਹੋ ਸਕਦੇ ਆ ਪਰ ਬੋਲੀ ਪ੍ਰਤੀ ਦਾ ਨਾ ਯਾਰ ਤੁਸੀਂ ਇਸ ਤਰ੍ਹਾਂ ਕਰੋ ਉਹ ਵੀ ਤੁਹਾਡਾ ਫਰਜ਼ ਬਣਦਾ ਆ ਬਹੁਤੇ ਬੰਦੇ ਮੇਰੇ ਖਿਲਾਫ਼ ਇਸ ਗੱਲ ਨੂੰ ਲੈ ਕੇ ਬੋਲੀ ਜਾਂਦੇ ਕਿੰਤੂ ਪ੍ਰੰਤੂ ਕਰੀ ਜਾਂਦੇ ਸੋ ਮੈਂ ਤੁਹਾਨੂੰ ਦੁੱਖ ਦੀ ਗੱਲ ਦੱਸਦਾ ਮੈਂ ਲੁਧਿਆਣੇ ਗਿਆ ਮੇਰਾ ਬੇਲੀ ਸੀਗਾ ਉਹ ਬੈਲਜੀਅਮ ਤੋਂ ਆਇਆ ਬਾਹਰੋਂ ਅਤੇ ਮੈਂ ਉਹਦੇ ਘਰੇ ਗਿਆ ਉਹਨਾਂ ਦੇ ਘਰੇ ਨਾ ਇੱਕ ਸਾਡੇ ਬੈਠੇ ਬੈਠੇ ਚਾਹ ਪੀਂਦਿਆਂ ਇੱਕ ਛੋਟੀ ਜਿਹੀ ਜਵਾਕੜੀ ਖੇਡਣ ਆ ਗਈ ਉਹ ਹਿੰਦੀ ਬੋਲੇ ਮੈਂ ਉਹਨਾਂ ਨੂੰ ਪੁੱਛਿਆ ਮੇਰੇ ਬੇਲੀਆਂ ਨੂੰ ਮੈਂ ਯਾਰ ਇਹ ਕੁੜੀ ਤੁਹਾਡੀ ਹਿੰਦੀ ਬੋਲਦੀ ਹੈ ਕਹਿੰਦੇ ਬਾਈ ਸਾਡੀ ਨਹੀਂ ਕੁੜੀ ਆਪਣੇ ਗਵਾਂਢੀਆਂ ਦੀ ਕੁੜੀ ਹੈ ਮੈਂ ਕਿਹਾ ਯਾਰ ਮੈਨੂੰ ਘਰੇ ਲੈ ਕੇ ਚੱਲੋ ਗਵਾਂਢੀਆਂ ਦੇ ਮੈਂ ਉਹ ਕੁੜੀ ਦੇ ਮਗਰੇ ਮਗਰ ਗਵਾਂਢੀਆਂ ਦਾ ਬਾਰ ਖੁਲਾਇਆ ਅਤੇ ਮੈਂ ਘਰੇ ਵੜ ਗਿਆ ਬਾਈ ਘਰੇ ਜਦੋਂ ਮੇਰੇ ਸਾਹਮਣੇ ਉਹਨਾਂ ਨੇ ਬਾਰ ਖੋਲਿਆ ਗੁਰਸਿੱਖ ਪਰਿਵਾਰ ਨਿਕਲਿਆ ਬਜ਼ੁਰਗ ਨਿਕਲਿਆ ਘਰੋਂ ਗਾਤਰਾ ਪਾਇਆ ਇੱਕ ਮਾਤਾ ਨਿਕਲੀ ਉਹਦੇ ਵੀ ਗਾਤਰਾ ਪਾਇਆ ਮੈਂ ਕਿਹਾ ਬਾਪੂ ਦੁੱਖ ਦੀ ਗੱਲ ਹੈ ਪਹਿਲਾਂ ਮੈਂ ਚੇ ਪੁੱਛਿਆ ਮੈਂ ਬਾਪੂ ਆ ਗੁੱਡੀ ਜਵਾਕੜੀ ਕਹਿੰਦਾ ਹਾਂਜੀ ਮੇਰੀ ਪੋਤੀ ਹੈ ਮੈਂ ਬਾਪੂ ਇਹ ਕਿੱਥੇ ਪੜ੍ਹਦੀ ਹੈ ਕਹਿੰਦਾ ਪੜ੍ਹਦੀ ਹੈ ਗੁਰੂ ਨਾਨਕ ਪਬਲਿਕ ਸਕੂਲ 'ਚ
मैं क्या बापू हिंदी बोलती है। उन्होंने पता की कहा, उधरों एक होर एक बीबी निकली अंदरों कमरे चो, ओदी मां हां वो कहने उन्हें गल कही बजुर्ग ने, कहना मेरी नूह है ओदी कुड़ी है, कहना ओदी मां एम ए पंजाबी है। यार दिल चो ढा निकलती है वे, गुरसिख परिवार हो मां एम ए पंजाबी हो जवाकड़ी हिंदी बोले, पढ़े कितने स्कूल का ना केड़ा गुरु नानक स्कूल, स्कूलों के ना केड़े ने दशमेश पब्लिक स्कूल, स्कूलों के ना केड़े ने गुरु गोबिंद सिंह स्कूल, उत्थे भी पंजाबी मारी जाते हैं। उन्होंने प्रबंधक जिन्होंने गात्रे पाए ने पगां दस्तारा सरां ते बन्निया ने, वह मालक स्कूलों के जिन्हें कह रहे दो वेले गुरु घर जाने भी पंजाबी मारी जाते, भी पंजाबी मारी जाते, वो साढ़े तो अपने बैरी बन गए हुए, दुश्मन ने तो सू मार नहीं मारना। सो बई मैं थोनू हथ पाँगा, नींद नहीं आती रात को, यही सोची जाते रहने यार भी की बनूंगा यार, साड़ी बोली मर गई, विरसा मरदा जाता, साड़ी जवानी बाहर नू भज गई, नशा ना मरी जाते जवान साढ़े, अज कड्डा वह 6 फुट सवा 6 फुट का गभरू जवान यार गोली मार के मारता यार, किडे किडे चोबर जवान साढ़े पंजाब दे यार मिट्टिया च मलाई जाते हैं यार। इन्हें ये गल्लां भाई रात को नींद नहीं आ, अख खुल जाती है, फिर यही इज्जत बनी, यही गल दिमाग च घूमती है भी यार की बनू पंजाब सिंह तेरा, तेरे सारे बैरी बन गए यार, अपने तेरे को कोई सुरत नहीं, कोई संभाल नहीं, साढ़े को आ जिंदाबाद हो मुरदाबाद होए, आदियां लत्तां खिच लियां होए, ओदियां ना चढ़ गए होए, ओदी बांह फड़ ली, ओदी टंग फड़ ली होए, वो कनेडा जाना होए, असीं जवाक अंग्रेज बनाउणे आ, ओ जम जम के जाओ कनेडा आओ, परत आओ पंजाब परत आओ, सानू सादा हथ मार दे, फिर कहना कदे भी पिठ नहीं दिखाऊंगा इस पंजाब नू, कदे बेवफाई नहीं करूंगा, कदे दगा नहीं करूंगा, जिथे लोड़ पेगी परमात्मा की अरदास कर दांगा, जिथे लोड़ पई इस पंजाब नू मेरी बोली नू मेरी धरती मां नू मेरे लोकां नू, मैनू लै जी, मैं तां वैसे किते जाणा ही जाणा, सारे नहीं आपां जाणा है, पर मेरी जिंदगी लिख ही लैणी। सो अज मैं बहुत दुखी मन नाल अंदरों भावक होके गल कह रहा कि दुख लग्या यार कि यार 1400 जवाक पढ़ता होवे लोग घरां च बैठे होणे आ, मेरा जवाक भी नहीं पढ़ता उस, पर स्कूलों वाले कन्न खोल के सुन लो, जिन्ना चर जाना घंटी च सह ना दिमाग के भुलेखा कढ़ दिओ, पत्ते ही पाड़ दिओ कि तुसी मेरी मां बोली नू, उन्हां बेगैरतां चो नहीं मैं कि मेरी बोली नू मारिया जांदा होवे ते मैं चुप करके पासा वट के कोल दी लंघा, अपनी मां नू मैं पिट दिखा जा, उन्हां चो नहीं मैं अपनी मां बोली नू पिट दिखाउण वाला नहीं, आऊंगा जेडे भी स्कूल च रपड़ पिया मैं आऊंगा, मैं सरकार नू कहना सरकारे ये कम तेरा है भगवंत सिंह, कम तेरा है, ये मेरा कम नहीं, लोग मैनू कहिंदे लखा गुंडागर्दी करदा, लखा ऐं बण जांदा, लखा कौन हुंदा है, लखे दे भाई अंदर अग लगदी आ, इत्थों हूक निकलदी आ, इत्थों चीज़ पैंदी आ, लखा तां जांदा, शौक नहीं लखे नू सरकारां नाल मत्था लाउण दी, कल नू इह सरकारां जेलां च परचे भी दे के सिट सकदियां, मरवा भी सकदियां, पर मैं कोई परवाह नहीं करदा, माना तैनू बेनती है यार, ओ माना ओ जेड़ी मां बोली दे सिर ते तू दुनिया ते राज कीता, भगवंत सिंह तो भगवंत मान बनिया, पंजाबियों का मान बनिया कि सिर ते, ये बोली दे सिर ते, वड्डे वड्डे दमक जे मारन वाला यार तू कि बोली नू ऐ कर देंगे, बोली नू आ कर देंगे, कित्थे है यार तू, कित्थे है, आ दुर्दशा हो रही है साढ़े स्कूलों के, साढ़े पंजाब के अंदर यार, आ हालात ने पंजाबी दे, मान साहब तुसीं खुद दौरा करो, छड्डो आ डीओ डूओ थोड़े कख नहीं करदे, इत्थे खाना पूर्ती आ तनखाह लैके डंगा सारदे आ, दौरा करो पंजाब दे स्कूलां दा, जे तुहानूं किसी भी अंग्रेजी स्कूल दे विच किसी भी क्लास का जवाक 5वीं 7वीं तो लैके 10वीं 12वीं का जवाक तुहानूं पहाड़े एक आदुआ सुना गया, पंजाबी सही तरीके नाल लग गया, व्याकरण बिहारियां शहरियां पिंडां दे नौ भी लग गया, मैनूं नीवें थां, पर जे तुसी नहीं करोगे सरकार दा काम है, जे सरकार नहीं करूगी फिर असी तां आई आवांगे, परचे दे दिओ जो मर्जी कर लिओ, असी ये बर्दाश्त नहीं करांगे, साडे अखां दे सामने असी भरावो इहनूं मंजूर नहीं कर सकदे कि साडी बोली नूं मां नूं मारो, ये काम तेरा भंत सिंह, सरकार बनी है 3.25 साल तेरे को रह गए है, सेवा का मौका मिलिया, खट ला जस, लक्ष्मण सिंह बन जा गिल,
ਝੂੜ ਚੱਕੜਾ 9 ਮਹੀਨੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਤੇ ਪੰਜਾਬੀ ਬੋਲੀ ਲਈ ਸਭ ਤੋਂ ਕਮਾਲ ਦਾ ਕੰਮ ਕਰਕੇ ਗਿਆ ਅੱਜ ਵੀ ਯਾਦ ਕਰਦੇ ਆ ਇਤਿਹਾਸ ਚ ਲਿਖਾ ਜਾ ਆਪਣੇ ਆਪ ਨੂੰ ਕਿ ਕੋਈ ਆਇਆ ਸੀ ਭਵਨ ਸਿੰਘ ਮਾਨ ਪੰਜਾਬੀ ਮਾਂ ਬੋਲੀ ਦਾ ਮਾਨ ਤੇ ਉਹ ਪੰਜਾਬੀ ਲਿਆ ਕਰਕੇ ਗਿਆ ਇਹ ਮੌਕੇ ਬਾਰ ਬਾਰ ਨਹੀਂ ਮਿਲਦੇ ਇਹ ਸਦਾ ਨਹੀਂ ਰਹਿੰਦੀਆਂ ਤਾਕਤਾਂ ਦੇ ਸ਼ੌਰਤਾਂ ਇਹ ਰਾਜ ਪਾ ਖੁੱਸ ਜਾਂਦੇ ਆ ਕਰ ਲਾ ਤੇਰੇ ਕੋਲ ਮੌਕਾ ਆ ਕਰ ਲਾ ਮੇਰਾ ਵੀਰ ਤੈਨੂੰ ਬੇਨਤੀ ਆ ਕਰ ਲਾ ਜਾਂ ਫਿਰ ਮੈਨੂੰ ਮਰਵਾ ਦੇ ਮੈਨੂੰ ਫੜ ਕੇ ਅੰਦਰ ਸਿੱਟ ਦੇ ਕਿ ਮੈਂ ਤਾਂ ਭਰਾਵਾ ਐਂ ਜਾਉ ਸਿੱਧੀ ਜੀ ਗੱਲ ਹੈ ਤੇ ਆਹ ਮੈਂ ਅਪੀਲ ਕਰਦਾ ਚਾਹੇ ਸਰਬਤਕਾਰੀ ਸਕੂਲ ਵਾਲੇ ਆ ਚਾਹੇ ਦੂਜੇ ਤੀਜੇ ਆ ਲੋਕੋ ਕੰਮ ਦਾ ਟਾਈਮ ਵੱਢ ਲਓ ਆਪਣਾ ਝੋਨਾ ਤੇ ਬੀਜ ਲਓ ਕਣਕਾਂ ਦੁਬਾਰਾ ਲਾਮ ਬੰਦ ਕਰਕੇ ਇਹਨਾਂ ਲੋਕਾਂ ਨੂੰ ਇਹਨਾਂ ਸਕੂਲਾਂ ਮੁਰੇ ਲਿਜਾਊਂਗਾ ਇਸੇ ਸਕੂਲ ਮੁਰੇ ਵੀ ਆਊਂਗਾ ਤੇ ਹੋਰ ਸਕੂਲਾਂ ਮੁਰੇ ਵੀ ਲਿਜਾਊਂਗਾ ਸਾਰੇ ਲੋਕਾਂ ਨੂੰ ਚਾਹੇ ਮੈਨੂੰ 1400 ਦੇ 1400 ਦੇ ਜਵਾਕ ਦੇ ਘਰੇ ਨਾ ਜਾਣਾ ਪਵੇ ਗੱਲ ਨਾ ਕਰਨੀ ਪਵੇ ਉਹਨਾਂ ਮਾਪਿਆਂ ਦੇ ਨਾਲ ਲਿਆ ਕੇ ਖੜਾਉਂਗਾ 21 ਫਰਵਰੀ ਮਾਂ ਬੋਲੀ ਦਾ ਦਿਹਾੜਾ ਹੁੰਦਾ ਆਉਂਦਾ ਮੁਰੇ 21 ਫਰਵਰੀ ਨੂੰ ਵੱਡਾ ਅੰਦੋਲਨ ਕਰਾਂਗੇ ਪੂਰੇ ਪੰਜਾਬ ਦੇ ਅੰਦਰ ਮਾਂ ਬੋਲੀ ਨੂੰ ਲੈ ਕੇ ਸੋ ਅੱਜ ਤੋਂ ਤਿਆਰੀਆਂ ਵੱਢੋ 21 ਫਰਵਰੀ ਕਿਉਂ ਰੱਖਿਆ ਗਿਆ ਸੁਣ ਲਓ ਇਹ ਪੰਜਾਬੀਓ ਸੁਣ ਲਓ ਬੰਗਲਾਦੇਸ਼ੀਆਂ ਨੇ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਜਦੋਂ ਜਬਰੀ ਉਹਨਾਂ ਦੇ ਉਰਦੂ ਥੋਪਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਕਹਿੰਦੇ ਨਹੀਂ ਸਾਨੂੰ ਕੋਈ ਉਰਦੂ ਮਨਜ਼ੂਰ ਨਹੀਂ ਹੈਗੀ ਉਹਨਾਂ ਨੇ ਆਪਣੀ ਮਾਂ ਬੋਲੀ ਦੀ ਖਾਤਰ ਆਪਣੀਆਂ ਜਾਨਾਂ ਦੇਤੀਆਂ ਸੀ ਜਾਨਾਂ ਇਸੇ ਕਰਕੇ ਸਮਰਪਿਤ ਹੈ 21 ਫਰਵਰੀ ਦਾ ਦਿਹਾੜਾ ਉਹਨਾਂ ਬੰਗਲਾਦੇਸ਼ੀ ਦੇ ਯੋਧਿਆਂ ਨੂੰ ਇਹ ਹੁੰਦੀਆਂ ਨੇ ਆਪਣੀ ਮਾਂ ਬੋਲੀ ਲਈ ਕੁਰਬਾਨੀਆਂ ਆ ਸਟਾਲਿਨ ਮੁੱਖ ਮੰਤਰੀ ਤਾਮਿਲਨਾਡੂ ਵਾਲਾ ਮੋਦੀ ਗਿਆ ਤਾਮਿਲਨਾਡੂ ਸਟਾਲਿਨ ਸਟੇਜ ਤੇ ਬੈਠਾ ਆਪਣਾ ਮੋਦੀ ਸਟੇਜ ਤੇ ਬੈਠਾ ਸਟਾਲਿਨ ਪਤਾ ਕੀ ਬੋਲਿਆ ਸੀ ਕਿ ਮੋਦੀ ਸਾਹਿਬ ਅਸੀਂ ਤਾਮਿਲ ਹੈ ਤਾਮਿਲ ਹੋਣ ਤੇ ਸਾਨੂੰ ਮਾਣ ਹੈ ਸਾਡੇ ਤੇ ਹਿੰਦੀ ਜਬਰੀ ਨਾ ਥੋਪੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦੀਆਂ ਜ਼ਰਤਾਂ ਇਹ ਹੁੰਦਾ ਪਿਆਰ ਮੁਹੱਬਤ ਆਪਣੀ ਬੋਲੀ ਲਈ ਸਾਡੇ ਚ ਕਦੋਂ ਆਊਗਾ ਅੱਜ ਪੰਜਾਬੀ ਗੀਤ ਵੱਜਦਾ ਸੀਨਾ ਚੌੜਾ ਕਰ ਦਿੰਦੇ ਆ ਕਿ ਸਾਡਾ ਗੀਤ ਅੱਜ ਦੂਰ ਦਰੇਡੇ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬੀ ਗੀਤਾਂ ਦੇ ਉੱਤੇ ਗੋਰੇ ਵੀ ਨੱਚਣ ਲੱਗ ਗਏ ਕਾਲੇ ਵੀ ਨੱਚਣ ਲੱਗ ਗਏ ਆ ਹਿੰਦੀ ਦੀਆਂ ਫਿਲਮਾਂ ਦੇ ਵਿੱਚ ਪੰਜਾਬੀ ਗੀਤਾਂ ਦੇ ਨਾਲ ਇਹਨਾਂ ਨੇ ਕਾਮਯਾਬ ਕੀਤੀਆਂ ਹਿੱਟ ਕੀਤੀਆਂ ਪਰ ਅੱਜ ਦੁਰਦਸ਼ਾ ਪੰਜਾਬ ਦੇ ਵਿੱਚ ਕੀ ਹੋ ਰਹੀ ਸੋ ਆਓ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਹੈ ਮੈਂ ਹਰ ਉਸ ਵਿਦਵਾਨ ਦੇ ਹਰ ਉਸ ਪੰਜਾਬੀ ਦੇ ਘਰੇ ਜਾਣ ਨੂੰ ਤਿਆਰ ਹੈ ਜਿਹੜੇ ਲੜ ਰਹੇ ਆ ਨਾਲ ਲੈ ਕੇ ਤੁਰੂੰਗਾ ਸਭ ਨੂੰ ਨਾਲ ਲੈ ਕੇ ਤੁਰੂੰਗਾ ਪਰ ਮੇਰਾ ਜਿਹੜੇ ਨੂੰ ਭਰਾਵੋ ਤਰੀਕੇ ਤੋਂ ਮੇਰੇ ਢੰਗ ਤੋਂ ਕਈਆਂ ਨੂੰ ਇਤਰਾਜ ਹੈ ਕਿ ਤੂੰ ਆਹ ਢੰਗ ਕਿਉਂ ਅਪਣਾਉਣਾ ਤੂੰ ਬੋਲਦਾ ਕਿਉਂ ਆ ਕਿਉਂਕਿ ਜੇ ਤਾਂ ਬਾਈ ਮੈਂ ਕੋਈ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਮੈਂ ਕੋਈ ਬਲਫਰੇ ਵਾਲਾ ਬੰਦਾ ਹੋਵਾਂ ਤਾਂ ਮੈਂ ਉਹੋ ਜਿਹੀਆਂ ਗੱਲਾਂ ਕਰਾਂ ਯਾਰ ਮੈਨੂੰ ਆਹ ਲੱਗਦੀ ਅੱਗ ਸਿੱਧੀ ਜੀ ਗੱਲ ਤੁਹਾਨੂੰ ਦੱਸਦਾ ਮੈਨੂੰ ਤਾਂ ਕ੍ਰੋਧ ਚੜ੍ਹਦਾ ਗੁੱਸਾ ਚੜ੍ਹਦਾ ਜਦੋਂ ਇਹ ਗੱਲ ਮੈਂ ਦੇਖਦਾ ਵੀ ਆਹ ਕਸ ਪੰਜਾਬ ਦੇ ਨਾਲ ਯਾਰ ਪੰਜਾਬੀ ਦੇ ਨਾਲ ਸਾਡੀ ਬੋਲੀ ਦਾ ਕਿਸੇ ਬੋਲੀ ਕੋਲ ਤੋੜ ਹੈ ਨਹੀਂ ਕਿਸੇ ਬੋਲੀ ਕੋਲ ਕਿ ਸਾਡੇ ਗੁਰੂ ਬੋਲੀਆਂ ਨਹੀਂ ਜਾਣਦੇ ਬਹੁਤ ਬੋਲੀਆਂ ਜਾਣਦੇ ਸੀ ਉਹਨਾਂ ਨੇ ਗੁਰਮੁਖੀ ਬੋਲੀ ਇਹ ਲਿਪੀ ਕਿਉਂ ਚੁਣੀ ਫਿਰ ਮੈਂ ਕਹਿੰਦਾ ਬੋਲੀ ਇਕੱਲੇ ਸਿੱਖਾਂ ਦੀ ਨਹੀਂ ਹੈ ਇਹ ਬੋਲੀ ਸਾਡੇ ਹਿੰਦੂਆਂ ਦੀ ਵੀ ਹੈ ਇਹ ਬੋਲੀ ਸਾਡੇ ਮੁਸਲਮਾਨਾਂ ਦੀ ਵੀ ਇਹ ਸਾਰਿਆਂ ਦੀ ਸਾਂਝੀ ਬੋਲੀ ਹੈ ਯਾਰ ਇਕੱਲੀ ਸਾਡੀ ਮੈਂ ਨਹੀਂ ਕਹਿੰਦਾ ਸਿੱਖਾਂ ਦਾ ਦਾਅਵਾ ਹੈ ਤੇ ਬਹੁਤ ਹਿੰਦੂ ਪਰਿਵਾਰ ਬੋਲੀ ਬੋਲਦੇ ਆ ਬਹੁਤ ਮੁਸਲਮਾਨ ਪਾਕਿਸਤਾਨ 'ਚ ਬੈਠੇ ਲਹਿੰਦੇ ਪੰਜਾਬ 'ਚ ਬੋਲਦੇ ਆ ਸਾਡੇ ਭਰਾ ਉਹ ਵੀ ਲੜ ਰਹੇ ਆ ਉਹਨਾਂ ਦੀ ਵੀ ਹੋਂਦ ਨੂੰ ਬੜਾ ਵੱਡਾ ਖਤਰਾ ਉੱਧਰ ਪੰਜਾਬੀ ਨੂੰ ਹੋਇਆ ਵਾ ਤੇ ਦੁਰਦਸ਼ਾ ਆਪਣੀ ਵੀ ਹੋ ਰਹੀ ਉੱਧਰ ਉਰਦੂ ਮਗਰ ਪੈ ਗਈ ਤੇ ਹਿੰਦੀ ਮਗਰ ਪੈ ਗਈ ਅਸੀਂ ਇਹ ਵੀ ਨਹੀਂ ਕਹਿੰਦੇ ਕੋਈ ਬੋਲੀ ਨਾ ਸਿੱਖੋ ਸਾਰੀਆਂ ਬੋਲੀਆਂ ਸਿੱਖੋ ਯਾਰ ਅਸੀਂ ਕਦੇ ਕਿਹਾ ਹੀ ਨਹੀਂ ਵੀ ਆਹ ਨਾ ਪੜੋ ਆਹ ਨਾ ਲਿਖਵਾ ਅੰਗਰੇਜ਼ੀ ਹਿੰਦੀ ਉਰਦੂ ਜੋ ਮਰਜ਼ੀ ਸਿੱਖੋ ਪਰ ਆਪਣੀ ਮਾਂ ਬੋਲੀ ਨਾਲ ਇੰਨਾ ਧੱਕਾ ਯਾਰ ਇੰਨਾ ਦਾ ਨਰਾਦਰ ਅਸੀਂ ਆਪ ਹੀ ਕਰ ਰਹੇ ਹਾਂ ਘਰਾਂ ਜਵਾਕਾਂ ਨਾਲ ਹਿੰਦੀ ਬੋਲਦੇ ਹਾਂ ਜਾਂ ਅੰਗਰੇਜ਼ੀ ਬੋਲਦੇ ਹਾਂ ਓਏ ਕਮਲਿਓ ਦੁਨੀਆ ਦੀ ਇਹ ਤਾਂ ਦੁਨੀਆ 'ਚ ਖੋਜਾਂ ਹੋ ਗਈਆਂ ਕਿ ਜਿਹੜਾ ਬੱਚਾ ਆਪਣੀ ਮਾਂ ਬੋਲੀ 'ਚ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਉਹ ਦੁਨੀਆ ਦੀਆਂ ਦੂਜੀਆਂ ਬੋਲੀਆਂ ਬਹੁਤ ਸੌਖੀਆਂ ਸਿੱਖਦਾ ਇਹ ਮੈਂ ਨਹੀਂ ਕਹਿੰਦਾ ਦੁਨੀਆ ਭਰ 'ਚ ਖੋਜਾਂ ਹੋ ਗਈਆਂ ਚੀਨੀਆਂ ਨੇ ਆਪਣੀ ਬੋਲੀ ਚੀਨੀ ਪੂਰੀ ਦੁਨੀਆ 'ਚ ਪ੍ਰਚਾਰਤੀ ਜਪਾਨੀਆਂ ਨੇ ਆਪਣੀ ਜਰਮਨਾਂ ਨੇ ਆਪਣੀ ਸਪੈਨੀਆਂ ਨੇ ਆਪਣੀ ਸਾਨੂੰ ਕੀ ਹੋ ਗਿਆ
अरे साड़ी बोली वर्गी जान केड़ी बोली चाहे जिन्नी जान ते जिन्नी ताकत जिन्नी दमदार साड़ी बोली है कोई बोली है नहीं दमदार। सो फिर सब का धन्यवाद भाई ते स्कूल वाले तकड़े रहो आऊंगा। फिर कहता पुलिस 300 बुलाई से 500 बुलाई से अज 1000 बुला लियो पूरा पुलिस का पहरा ला दियो चाहे सरकार अंदर निकल देवे ना देवे पर मैं कहना जे सरकार ने थोड़ा मसला हल ना किया लोगों नू नाल लेके आऊंगा विद्वाना नू नाल लियाऊंगा। लखा उत्थे आके ऐ बोलदा मैं कहना उत्थे लोगों के मापे मापिया नू नाल खड़ाऊंगा जवाकों नू नाल खड़ाऊंगा। धन्नवाद सर्वहितकारी स्कूल के जवाकों का उन्होंने मापिया का जेडे उदे भी मेरे नाल परसों भी खड़ के बोले स्कूल च अज भी खड़े रहे चलो ठीक है पुलिस ही इन्नी उत्थे 500 पुलिस ला के चक लए मैनू इन्ना माहौल बनाया बहस्त पाई उत्थे ले जाके लोगों के बच्च नहीं लोगों का माहौल होंगे पर डरिया ना करो डरे गल नहीं हो बननी डरे गल नहीं डरन वाली कौम जाऊदियां नहीं रहिंदियां भज जाण वाली कौम जाऊदियां नहीं रहिंदियां। कोई होर बई सवाल कोई मेहमान से स्कूल दो महीने पहले प्रोग्राम होया बई मुख मेहमान यूट्यूब ते वीडियो पई है स्कूल वाले ने खंड खंड खिंच ली है रोटियां तू से तू मुख मुख मेहमान बनाया सी स्कूल वाले ने तेन देता होने कोई उत्थे बुके बाके ते चार फुल दे तेरा मान सम्मान करके चाह पानी पियाता होना गुणगान करदा स्कूल दा हद हो गई यार पैसे पिछे लड़दे फिरदा वाह थोड़े पैसे दा होर बहुत तरीके केड़े सानू किने देने तुहानू ढावे होए हैं ला याद रखो मैं सानू फिर वादा करदा जिद्दे जान गई मेरी असे पंजाब ते बोलियां खातर ही जानी ते जा मैं जेलां सड़दा ओदे भी फर्क कही जाए थोनू बंदे जान तो बाद अकल आउंदी है बंदा असीं मरवा लैंदे आ मगरों पिटदे आ भोगां दे कट्ठ बरसियां दे कट्ठ ओए फेसबुकां दे नेहरियां ठा दिंदे आ बंदा बड़ा चंगा ही सांभिया नहीं गया थोड़े कोल आही काम है यार ओ कदे दा अकल नू हथ मार लो ए मैं की पिट रहा मैं की थोनू आने समय बारे दस रहा। दोए बेनतियां पंजाब भर ते आओ प्रवास जिहड़ा हो रहा बहुत माड़ा हो रहा बई पंजाब खाली हो गया कमाइया करके जाने जोगे वापस आ जाओ अपनी बोली अपने विरसे नूं सांभो सानूं आवाजा प्या मार दो आओ आ धरती सानूं पुकार दी आवाजा मार दी तुहाडी बोली सानूं सांभो कित्थे गए ओ पंजाब दे शेर जवान ओ गभरू दुल्ले कित्थे चले गए आ जाओ यार मुड़े आओ मेरा जी लड़ांगे आखिरी साह तक लड़ांगे कोई परवाह नहीं ते ना किते पंजाब जाण देगे ते ना किते बोली जाण देगे वादा रहा तुहाडे नाल कोई गल नहीं दौर चंगे माड़े आउंदे रहिंदे आ समां उत्ते थले हुंदा रहिंदा कोई गल नहीं परवाह ना करो मैं फिर इन्हां सारे सज्जनां दा मेरा धन्नवाद करदा बई होर कोई सवाल किसे दा आया तां बई दस दो जवाब दे देंगे। एक बई होर उत्थे मुंडे ने गल दसी सी ओह कहिंदा वी जिहड़ी अपनी घुद्दे यूनिवर्सिटी आ ना ओहदे विच किसे मुंडे ने चाह दी स्टाल लाउण वास्ते मिलिया सी ओह कहिंदा मैं किसे लैक्चरार कोले भेजता अपना पुलिस मुलाजम मुंडा दस रहा उत्थे ओह कहिंदा जदों मैं उहनूं भेजिया ओह कहिंदे वी आए तां तैनूं ठेका मिलणा नहीं जां तां तूं बीजेपी दा सरोपा पवा ला फिर तैनूं कंटीन दा ठेका दे देंगे इत्थों तां गल कही खड़ी है गल तां उत्थे ही आ गई हाँ ਇਹੀ ਤਾਂ ਕਲਪਦੇ ਆ ਇਹੀ ਤਾਂ ਕਲਪਦੇ ਆ ਕਿ ਅਸੀਂ ਨਿੱਜ ਨਾਲ ਜੁੜ ਗਏ ਆ ਲਾਲਚਾਂ ਨਾਲ ਜੁੜ ਗਏ ਆਪਦਾ ਹਿੱਤ ਦੇਖਦੇ ਆ ਉਹਨੇ ਬਾਈ ਜਵਾਬ ਦਿੱਤਾ ਉਹ ਕਹਿੰਦਾ ਮੈਂ ਨਹੀਂ ਬਾਈ ਉਹ ਕਰਦਾ ਅਸੀਂ ਯਾਰ ਜਿਹੜੀ ਮੈਂ ਕਹਿੰਦਾ ਵੀ ਇਸ ਬੋਲੀ ਨੂੰ ਸਾਂਭਣ ਦੀ ਖਾਤਰ ਤੁਸੀਂ ਦੇਖੋ ਅਸੀਂ ਜਦੋਂ ਅੰਗਰੇਜ਼ਾਂ ਦਾ ਦੌਰ ਸੀ ਨਾ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਨੇ ਇੱਕ ਗੱਲ ਜਦੋਂ ਆਪਾਂ ਨੂੰ ਕਬਜ਼ੇ 'ਚ ਲਿਆ ਨਾ ਕਬਜ਼ਾ ਕੀਤਾ ਆਪਣੇ 'ਤੇ ਆਪਣੀ ਧਰਤੀ 'ਤੇ ਆਪਾਂ ਨੂੰ ਗੁਲਾਮ ਬਣਾਇਆ ਉਹਨੇ ਇੱਕ ਗੱਲ ਦੇਖੀ ਵੀ ਇਹ ਲੋਕ ਬਾਹਲਾ ਸਮਾਂ ਕਾਬੂ ਨਹੀਂ ਰਹਿਣੇ ਇਹਨਾਂ ਨੂੰ ਲੰਮਾ ਸਮਾਂ ਆਪਾਂ ਕਿਵੇਂ ਗੁਲਾਮ ਬਣਾ ਕੇ ਰੱਖ ਸਕਦੇ ਹਾਂ ਉਹਨੇ ਇੱਕ ਗੱਲ ਕਹੀ ਸਾਰੇ ਅੰਗਰੇਜ਼ਾਂ ਨੇ ਇੱਕ ਦਿਮਾਗ ਲਾਇਆ ਉਹ ਕਹਿੰਦੇ ਵੀ ਇਹਨਾਂ ਲੋਕਾਂ ਕੋਲ ਇਹਨਾਂ ਦੀ ਬੋਲੀ ਖੋਲੋ ਇਹ ਲੋਕ ਗੁਲਾਮ ਹੋ ਜਾਣਗੇ ਇਹ ਪੱਕੇ ਤੌਰ 'ਤੇ ਗੁਲਾਮ ਹੋ ਜਾਣਗੇ ਉਹਨਾਂ ਸਮਿਆਂ ਦੇ ਵਿੱਚ ਕਾਇਦੇ ਦਾ ਜੇ ਕੋਈ ਪੰਜਾਬੀ ਦਾ ਊੜੇ ਆੜੇ ਦਾ ਕਾਇਦਾ ਜਮ੍ਹਾਂ ਕਰਾਉਂਦਾ ਅੰਗਰੇਜ਼ਾਂ ਕੋਲ 6 ਆਨੇ ਨਾਮ ਮਿਲਦੇ ਸੀ ਜੇ ਗੁੜਾਸਾ ਜਮ੍ਹਾਂ ਕਰਾਉਂਦਾ 2 ਆਨੇ ਦੇਖੋ ਕਿੰਨੇ ਹਮਲੇ ਹੋਏ ਪਰ ਧੰਨੋ ਲੋਕ ਜਿਹਨੂੰ ਅਸੀਂ ਅਨਪੜ੍ਹ ਕਹਿੰਦੇ ਹਾਂ ਉਹਨਾਂ ਨੇ ਬੋਲੀ ਸਾਂਭੀ ਬਚਾ ਕੇ ਰੱਖੀ
ਸਾਡੇ ਤੱਕ ਲਿਆ ਕੇ ਲੈ ਕੇ ਆਏ ਅੱਜ ਅਸੀਂ ਪੜ੍ਹੇ ਲਿਖੇ ਹੋ ਕੇ ਯਾਰ ਆਪਣੀ ਮਾਂ ਬੋਲੀ ਤੋਂ ਬੇਦੁੱਖ ਹੋ ਗਏ ਸੋ ਬਾਈ ਸਾਰਿਆਂ ਦਾ ਫਿਰ ਧੰਨਵਾਦ ਫਿਰ ਇੱਕ ਬੇਨਤੀ ਕਰਦਾ ਪਤਾ ਨਹੀਂ ਸਰਕਾਰ ਨੇ ਕਦੋਂ ਕੋਈ ਟੱਕਰ ਪਾ ਕੇ ਅੰਦਰ ਸਿੱਟ ਦੇਣਾ ਪਰ ਮੇਰਾ ਵੀਰ ਉਦੋਂ ਕਲਾ ਫੇਸਬੁੱਕਾਂ ਤੇ ਨਹੀਂ ਉਦੋਂ ਸੜਕਾਂ ਦੇ ਨੇਰੀ ਠੋਣੀ ਪੜਿਆ ਸੜਕਾਂ ਤੇ ਕੋਈ ਬੰਦਾ ਅੱਜ ਬਹੁਤ ਸੰਯੋਗ ਦਿੱਤਾ ਬਾਈ ਲੋਕਾਂ ਨੇ ਬਹੁਤ ਜ਼ਿਆਦਾ ਸਾਰੇ ਪੰਜਾਬ ਚ ਨੇਰੀ ਬਣਾਈ ਅੱਜ ਤੈ ਦਿਲੋਂ ਧੰਨਵਾਦ ਕਰਦਾ ਹਾਂ ਕੱਲਾ ਕੱਲਾ ਬੰਦਾ ਨਾਲ ਇਹ ਹੌਸਲਾ ਮੈਨੂੰ ਹਰਨ ਨਹੀਂ ਦਿੰਦਾ ਪਿੱਛੇ ਨਹੀਂ ਹਟਣ ਦਿੰਦਾ ਹੋ ਸਕਣ ਦੀ ਮੇਰੇ ਜੋਸ਼ ਭਰਦਾ ਵੀ ਰੱਖਿਆ ਕੋਈ ਗੱਲ ਨਹੀਂ ਆਪਣੀ ਕਾਲ ਹੋਣੀ ਸੀਗੀ ਵੱਡਾ ਸੱਦਾ ਹੋਣਾ ਸੀਗਾ ਫਿਰ ਪੂਰਾ ਪੰਜਾਬ ਉੱਥੇ ਪਹੁੰਚਣਾ ਚਾਹੀਦਾ ਇਹੀ ਤੁਹਾਡਾ ਪਿਆਰ ਪਹਿਲਾਂ ਵੀ ਮੈਨੂੰ ਬਚਾਈ ਤੁਰਿਆ ਆਉਂਦਾ ਬਥੇਰਾ ਸਰਕਾਰ ਨਾਲ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਦੇ ਚਿੱਟੇ ਦਾ ਪਰਚਾ ਦੇਤਾ ਕਦੇ ਪੁਰਾਣੇ ਪਰਚੇ ਖੋਲਤੇ ਕਦੇ ਕਿਵੇਂ ਕਦੇ ਕਿਵੇਂ ਅੱਜ ਵੀ ਹੋ ਸਕਦਾ ਤੁਰਨ ਦਿੰਦੇ ਕਿਸੇ ਪਰਚੇ ਚ ਪਰ ਪਤਾ ਸੀ ਕਿ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਲੋਕਾਂ ਦਾ ਦਬਾਅ ਬਹੁਤ ਵੱਡਾ ਰਿਹਾ ਤੁਹਾਡਾ ਧੰਨਵਾਦ ਬਾਈ ਬਸ ਧੰਨਵਾਦ ਮੇਰੀ ਬੇਨਤੀ ਵਾਰ ਵਾਰ ਫੀਲ ਸੁਣ ਲਓ ਸਕੂਲਾਂ ਦੇ ਵਿੱਚ ਆਪਣੇ ਜਵਾਕਾਂ ਮਗਰ ਜਾ ਕੇ ਪੜਤਾਲ ਕਰ ਲਓ ਮਹੀਨੇ ਦੇ ਮਹੀਨੇ 15 ਦੇ 15 ਦਿਨ ਗੇੜਾ ਮਾਰਦੇ ਰਿਹਾ ਕਰੋ ਪੁੱਛਿਆ ਕਰੋ ਕਿ ਦਿਖਾਓ ਤੁਹਾਡੇ ਜਵਾਕ ਨੂੰ ਕਿੰਨੀ ਪੰਜਾਬੀ ਆਉਂਦੀ ਹੈ ਇਹ ਜ਼ਰੂਰ ਪੁੱਛਿਆ ਕਰੋ ਪੁੱਛਿਆ ਕਰੋ ਸਾਰੀਆਂ ਗੱਲਾਂ ਬਾਤਾਂ ਜਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਪੰਜਾਬੀ ਮਾਂ ਬੋਲੀ ਜਿੰਦਾਬਾਦ 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 ਮਾਂ ਬੋਲੀ ਦੇ ਇਕਦਾਰ ਮੁਰਦਾਬਾਦ 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 ਪੰਜਾਬੀ ਮਾਂ ਬੋਲੀ ਦੇ ਇਕਦਾਰ ਪੰਜਾਬ ਚੋਂ ਕੱਢ ਕੇ ਰਹਾਂਗੇ ਕੱਢ ਕੇ ਰਹਾਂਗੇ ਕੱਢ ਕੇ ਰਹਾਂਗੇ ਪੰਜਾਬੀ ਮਾਂ ਬੋਲੀ ਦੇ ਇਕਦਾਰ ਮੁਰਦਾਬਾਦ 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 ਲੱਖਾਂ ਤੇਰੀ ਸੋਚ ਤੇ ਲੱਖਾਂ ਸਤਾਣਾ ਜਿੰਦਾਬਾਦ 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 ਪੰਜਾਬੀ ਬੋਲੀ ਮਾਂ ਬੋਲੀ ਜਿੰਦਾਬਾਦ 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 ਔਰ ਜਾਪਾਂ